ਪਹਿਲਾਂ ਬਹੁਤ ਜ਼ਿਆਦਾ ਵੀਰ ਜੀ ਮੌਤਾਂ ਆਈਆਂ, ਕੋਈ ਤਾਂ ਗਰਾਊਂਡ ਪਲੇ ਗਰਾਊਂਡ 'ਚੋਂ ਮਿਲਦਾ ਸਰਿੰਜ ਵਿੱਚ ਲੱਗੀ ਹੁੰਦੀ ਆ, ਕੋਈ ਕਿਤੇ ਪਿਆ ਹੁੰਦਾ ਸਕੂਲ ਦੀ ਗਰਾਊਂਡ 'ਚ ਜਾਂ ਕਮਰਿਆਂ 'ਚ ਕਿਤੇ ਪਿਆ ਹੁੰਦਾ। ਬਹੁਤ ਜ਼ਿਆਦੀਆਂ ਮੌਤਾਂ ਹੋ ਚੁੱਕੀਆਂ ਇਸ ਟਾਈਮ 'ਤੇ। ਜੋ ਅੱਜ ਵੀ ਨੌਜਵਾਨ ਵੀਰ ਦੀ ਮੌਤ ਹੋਈ ਆ, ਉਹ ਵੀ ਇਕੱਲਾ ਇਕੱਲਾ ਦੋਵਾਂ ਭੈਣਾਂ ਦਾ ਭਰਾ ਹੀ ਜਿਹਦੀ ਮੌਤ ਹੋ ਗਈ ਹੈ ਜੀ। ਮੇਰਾ ਨਾਮ ਭਾਅ ਜੀ ਰਣਦੀਪ ਸਿੰਘ ਹੈ, ਪਿੰਡ ਧਾਰੀਵਾਲ ਕਲੇਰਿਆ ਜੀ। ਅੱਜ ਇਸ ਪਿੰਡ 'ਚ ਨੌਜਵਾਨ ਸੁਖਜਿੰਦਰ ਸਿੰਘ, ਜਿਹਦੇ ਪਿਤਾ ਦਾ ਨਾਮ ਜੈਮਲ ਸਿੰਘ ਆ, ਨਸ਼ੇ ਦੇ ਕਾਰਨ ਉਹਦੀ ਮੌਤ ਹੋ ਗਈ ਹੈ ਜੀ। ਹਾਂਜੀ, ਪਹਿਲਾਂ ਬਹੁਤ ਜ਼ਿਆਦਾ ਵੀਰ ਜੀ ਮੌਤਾਂ ਆਈਆਂ, ਕੋਈ ਤਾਂ ਗਰਾਊਂਡ ਪਲੇ ਗਰਾਊਂਡ 'ਚੋਂ ਮਿਲਦਾ ਸਰਿੰਜ ਵਿੱਚ ਲੱਗੀ ਹੁੰਦੀ ਆ, ਕੋਈ ਕਿਤੇ ਪਿਆ ਹੁੰਦਾ ਸਕੂਲ ਦੀ ਗਰਾਊਂਡ 'ਚ ਜਾਂ ਕਮਰਿਆਂ 'ਚ ਕਿਤੇ ਪਿਆ ਹੁੰਦਾ। ਬਹੁਤ ਜ਼ਿਆਦਾ ਮੌਤਾਂ ਹੋ ਚੁੱਕੀਆਂ ਇਸ ਟਾਈਮ 'ਤੇ। ਜੋ ਅੱਜ ਵੀ ਨੌਜਵਾਨ ਵੀਰ ਦੀ ਮੌਤ ਹੋਈ ਆ, ਉਹ ਵੀ ਇਕੱਲਾ ਇਕੱਲਾ ਦੋਵਾਂ ਭੈਣਾਂ ਦਾ ਭਰਾ ਹੀ ਜਿਹਦੀ ਮੌਤ ਹੋ ਗਈ ਹੈ ਜੀ। ਵੀਰ ਜੀ, ਪ੍ਰਸ਼ਾਸਨ ਨੂੰ ਬਹੁਤ ਵਾਰੀ ਕਿਹਾ ਗਿਆ, ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ। ਹਾਂਜੀ, ਪਹਿਲਾਂ ਵੀ ਮੌਤ ਹੋਈ ਤਾਂ ਪ੍ਰਸ਼ਾਸਨ ਨੂੰ ਦੱਸਿਆ ਗਿਆ ਸੀ, ਫਿਰ ਇੱਥੋਂ ਤੱਕ ਕਿ ਜਿਹੜੇ ਬੰਦੇ ਨਸ਼ਾ ਤਸਕਰਾਂ ਵੇਚਦੇ ਹਨ ਉਹਨਾਂ ਦੇ ਬਾਰੇ ਵੀ ਦੱਸਿਆ ਗਿਆ ਸੀ, ਕੋਈ ਕਾਰਵਾਈ ਨਹੀਂ। ਇੱਕ ਦੋ ਦਿਨ ਸਿਰਫ ਰੇਡ ਹੁੰਦੀ ਹੈ, ਮੁੜ ਕੇ ਕੋਈ ਪੁੱਛਦਾ ਨਹੀਂ। ਕੀ ਮੰਗ ਕਰਦੇ ਜੀ ਸਰ? ਮੰਗ ਇਹੀ ਕਿ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਆ। ਚਲੋ, ਇਹਦੀ ਜਾਨ ਤਾਂ ਚੱਲ ਗਈ, ਜਿਹੜੀ ਆਉਣ ਵਾਲੀ ਨੌਜਵਾਨੀ ਪੀੜ੍ਹੀ ਉਹ ਬਚ ਸਕੇ। ਵੀਰ ਜੀ, ਮੈਂ ਸਤਨਾਮ ਸਿੰਘ, ਪਿੰਡ ਧਾਰੀਵਾਲ ਤੋਂ, ਅਤੇ ਸਾਡੇ ਪਿੰਡ ਅੱਜ ਸੁਖਜਿੰਦਰ ਸਿੰਘ, ਸਨ ਆਫ ਜੈਮਲ ਸਿੰਘ ਦੀ ਅੱਜ ਮੌਤ ਹੋਈ ਆ। ਮੌਤ ਦਾ ਕਾਰਨ ਨਸ਼ਾ ਜੀ, ਨਸ਼ਾ ਇੰਨਾ ਜ਼ਿਆਦਾ ਵੱਧ ਚੁੱਕਿਆ ਨਾ ਜੀ, ਕਿ ਨਸ਼ੇ ਰੋਜ਼ ਹੀ, ਮਤਲਬ ਕਿ ਇੱਕ ਨਾ ਇੱਕ ਮੁੰਡਾ ਮਤਲਬ ਕਿ ਨਸ਼ੇ ਦੇ ਨਾਲ ਹੀ ਮਰਦਾ ਜਾ ਰਿਹਾ ਆ। ਇਹਦਾ ਕਾਰਨ ਇਹ ਆ ਕਿ ਮਤਲਬ ਕਿ ਜਿਹੜੇ ਪਿੰਡ ਦੇ ਵਿੱਚ ਅਸੀਂ ਰਹਿ ਰਹੇ ਹਾਂ, ਇਹਦੇ ਵਿੱਚ ਮਤਲਬ ਕਿ ਇੰਨਾ ਜ਼ਿਆਦਾ ਨਸ਼ਾ ਵੇਖ ਰਿਹਾ ਨਾ ਕਿ ਕੋਈ ਹਾਲ ਹੀ ਨਹੀਂ। ਜੇ ਆਪਾਂ ਨਸ਼ਾ ਉੱਧਰ ਨਸ਼ੇ ਵਾਲੇ ਬੰਨੇ ਮਤਲਬ ਕਿ ਜਾਂਦੇ ਹਾਂ, ਤਾਂ ਉੱਧਰਲੀ ਸਾਈਡ ਦੇ ਉੱਤੇ ਤੁਸੀਂ ਇੱਕ ਵਾਰੀ ਜਾ ਕੇ ਵੇਖੋ ਕਿ ਉੱਥੇ ਆਵਾਜ਼ਾਂ ਪੈਂਦੀਆਂ, ਜਿੱਦਾਂ ਲੰਡੇ ਬਾਜ਼ਾਰ ਦੇ ਵਿੱਚ ਕੱਪੜਿਆਂ ਦੀਆਂ ਆਵਾਜ਼ਾਂ ਪੈਂਦੀਆਂ, ਉੱਦਾਂ ਮਤਲਬ ਕਿ ਆਵਾਜ਼ਾਂ ਮਾਰ ਮਾਰ ਸਾਦੇ ਆ ਕਿ ਸਾਡੇ ਕੋਲ 300 ਨੂੰ ਗ੍ਰਾਮ ਲੈ ਜਾਓ, ਸਾਡੇ ਕੋਲ ਇੰਨੇ ਨੂੰ ਲੈ ਜਾਓ। ਇੰਨਾ ਜ਼ਿਆਦਾ ਨਸ਼ਾ ਵੱਧ ਚੁੱਕਿਆ ਕਿ ਇਹ ਘੱਟ ਨਹੀਂ ਰਿਹਾ, ਬਹੁਤ ਜ਼ਿਆਦਾ ਵੱਧ ਚੁੱਕਿਆ ਵਾ। ਅਤੇ ਪਿੰਡ ਦੇ ਵਿੱਚ ਰੋਜ਼ ਹੀ ਦਿਨ ਆਏ ਦਿਨ ਮੌਤ ਹੁੰਦੀ ਰਹਿੰਦੀ ਆ। ਸਾਡੇ ਹੁੰਦਿਆਂ ਹੁੰਦਿਆਂ ਹੀ 5-7 ਮੌਤਾਂ ਤਾਂ ਹੋ ਚੁੱਕੀਆਂ ਨੇ, ਅਤੇ ਇਹ ਪਰਿਵਾਰ ਲਈ ਵੀ ਬਹੁਤ ਵੱਡਾ ਝਟਕਾ ਵਾ, ਕਿਉਂਕਿ ਪਰਿਵਾਰ ਦਾ ਇਕੱਲਾ ਇਕੱਲਾ ਮੁੰਡਾ ਸੀ, ਦੋਵਾਂ ਭੈਣਾਂ ਦਾ ਇੱਕ ਇਕਲੌਤਾ ਭਰਾ ਸੀ, ਜਿਹਦੀ ਮੌਤ ਅੱਜ ਮਤਲਬ ਸਵੇਰੇ ਸਵਖਤੇ ਹੋਈ ਆ। ਅਤੇ ਬਹੁਤ ਵੱਡਾ ਝਟਕਾ ਲੱਗਾ ਪਰਿਵਾਰ ਨੂੰ, ਜਿਹਦੇ ਕਾਰਨ ਗਾਂ ਵੀ ਮਤਲਬ ਕਿ ਸੇਧ ਮਿਲੇ ਕਿ ਨਸ਼ਾ ਵੱਲ ਤਸਕਰਾਂ ਵੱਲ ਮਤਲਬ ਕਿ ਖਿੱਚ ਖਿੱਚੀ ਜਾਵੇ, ਕਿ ਪੁਲਿਸ ਨੂੰ ਵੀ ਅੱਗੇ ਆਉਣਾ ਚਾਹੀਦਾ ਆ ਕਿ ਨਸ਼ੇ ਵੱਲ ਰੋਕਥਾਮ ਲਾਈ ਜਾਵੇ ਤਾਂ ਕਿ ਨਸ਼ਾ ਹੋਰ ਜ਼ਿਆਦਾ ਘੱਟ ਸਕੇ। ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਜੀ, ਨਸ਼ਾ ਮਤਲਬ ਕਿ ਨਸ਼ੇ ਦੇ ਉੱਤੇ ਥੋੜ੍ਹੀ ਜਿਹੀ ਜ਼ੋਰ ਪਾਇਆ ਜਾਵੇ, ਜੋ ਕਿ ਪੁਲਿਸ ਨੂੰ ਤਾਂ ਮਤਲਬ ਕਿ ਦੱਸੀਦਾ, ਅਤੇ ਪੁਲਿਸ ਇੱਕ ਦਿਨ ਕਾਰਵਾਈ ਕਰਦੀ ਹੈ, ਦੂਜੇ ਦਿਨ ਬੰਦੇ ਆਪ ਛੱਡ ਦਿੰਦੀ ਆ, ਅਤੇ ਉਹਦੇ ਪਿੱਛੇ ਵੀ ਪੁਲਿਸ ਦਾ ਵੀ ਮਤਲਬ ਕਿ ਹੱਥ ਆ ਕਿ ਪੁਲਿਸ ਮਤਲਬ ਕਿ ਫੜਦੀ ਆ ਅਤੇ ਛੱਡਦੀ ਕਿਉਂ ਆ, ਕਿਉਂਕਿ ਜੇ ਫੜਦੀ ਆ ਤਾਂ ਉਹਨਾਂ ਨੂੰ ਛੱਡ ਕੇ ਦਿੰਦੀ ਆ। ਇਸ ਕਾਰਨ ਪੁਲਿਸ ਨੂੰ ਮਤਲਬ ਕਿ ਥੋੜ੍ਹਾ ਚਾਹੀਦਾ ਆ ਕਿ ਇਹਨਾਂ ਨਸ਼ਾ ਤਸਕਰਾਂ ਨੂੰ ਥੋੜ੍ਹੀ ਜਿਹੀ ਹੋਰ ਖਿੱਚ ਪਾਈ ਜਾਵੇ, ਤਾਂ ਜੇ ਮਤਲਬ ਕਿ ਨਸ਼ਾ ਘੱਟ ਸਕੇ।